मैं हरपाल सिंह पन्नू केंद्रीय हलका अमृतसर वार्ड नंबर 70 तो अज अपने साथियों समेत श्रोमणी अकाली दल छड़ के भारतीय जनता पार्टी में शामिल होए हैं। आने वाले समय के जो 2024 के इलैक्शन आ रहे कारपोरेशन के इलैक्शन आ रहे उन्होंने दिन रात एक करके जो भारतीय जनता पार्टी के कौंसलर और भारतीय जनता पार्टी का जो भी मैंबर पार्लीमेंट खड़ा होएगा उन्होंने वो वो वोटों के नाल इतों जिता भेजेंगे। हरपाल सिंह जी किन्ने बंदे भाजपा शामिल है? अज मेरे नाल पिंड फतेहपुर तो जगबीर सिंह जी, काके शाह जी, सुभाष मेहता जी, इंद्रजीत सिंह जी पापणा वाले, चन्न जी, गुलजार सिंह बच्ची पिंड वाले, कुलवंत सिंह जी खेमकरण, जगजीत सिंह जी पट्टी और गगन जी नाल ते होर सारे साथी जिहड़े आ अज अहीं सिर्फ चुणे चुणवे साथी इत्थे पहुंचे हाँ। बाकी जिहड़ा वा अगे दा जिस तरह गाड़ी मीटिंगां इलाके च हुंदियां रहिणगियां उस तरह जिहड़े साथी साडे नाल आउंदे रहिणगे। किहड़ी वार्ड दे विच होया जी? असीं पुराणी वार्ड नंबर जिहड़ी 70 आ, नवीं जिहड़ी हुण सरकार ने बणाई उह 64 है। ਕਿਹੜੀ ਪਾਰਟੀ ਛੱਡ ਕੇ ਤੁਸੀਂ ਭਾਜਪਾ ਸ਼ਾਮਲ? ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਸ਼ਾਮਲ। ਕਿੰਨੀ ਦੇਰ ਤੋਂ ਸੇਵਾ ਨਿਭਾ ਰਹੇ? ਅਸੀਂ ਜੀ ਬਚਪਨ ਤੋਂ ਹੀ ਸੇਵਾ ਨਿਭਾ ਰਹੇ ਹਾਂ ਜੀ। ਜਦੋਂ ਤੋਂ ਮਤਲਬ ਅਸੀਂ ਸ਼ੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀਗੇ, ਬਾਅਦ ਦੇ ਵਿੱਚ ਜਿਉਂ ਗਠਬੰਧਨ ਰਿਹਾ ਭਾਰਤੀ ਜਨਤਾ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਔਰ ਸਾਡਾ ਕੇਂਦਰੀ ਹਲਕਾ ਭਾਰਤੀ ਜਨਤਾ ਪਾਰਟੀ ਦੇ ਇੱਥੋਂ ਕੈਂਡੀਡੇਟ ਤਰਨ ਚੋਗ ਜੀ ਵਿੱਚ ਰਹੇ ਨੇ, ਉਹਨਾਂ ਨੂੰ ਟਿਕਟ ਮਿਲਦੀ ਰਹੀ, ਉਹਨਾਂ ਦੇ ਨਾਲ ਦਿਨ ਰਾਤ ਸੇਵਾ ਕਰਨ ਨਿਭਾਉਂਦੇ ਰਹੇ ਹਾਂ। ਤੇ ਜਿਹੜਾ ਤੁਸੀਂ ਅੱਜ ਸ਼ਾਮਲ ਹੋਏ ਪ੍ਰਧਾਨ ਜੀ ਸਾਹਮਣੇ, ਜਾਖੜ ਜੀ ਸਾਹਮਣੇ, ਹਾਂਜੀ, ਤੇ ਕੀ ਮੈਸੇਜ ਦੇਣਾ ਚਾਹੁੰਦੇ? ਮੈਂ ਮੈਸੇਜ ਇਹੋ ਦੇਣਾ ਚਾਹੁੰਦਾ ਵਾਂ ਵੀ ਆਉਣ ਵਾਲਾ ਜਿਹੜਾ ਸਮਾਂ ਵਾ ਭਾਰਤੀ ਜਨਤਾ ਪਾਰਟੀ ਦਾ ਵਾ, ਅਸੀਂ ਜੋ ਵੀ ਹੈਗਾ ਵਾ ਜੋ ਸੈਂਟਰ ਹਲਕਾ ਵਾ ਸਾਡਾ, ਇਹਦੇ ਵਿੱਚ ਅਸਲ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਵਰਕਰਾਂ ਨੂੰ ਲਵਾਰਸ ਛੱਡਿਆ ਹੋਇਆ ਸੀ, ਇਹਨਾਂ 'ਚ ਕੋਈ ਬਾਤ ਪੁੱਛਣ ਵਾਲਾ ਨਹੀਂ ਆ। ਜਿਹੜਾ ਸਾਡਾ ਮੁੱਖ ਮੁੱਦਾ ਅੱਜ ਭਾਰਤੀ ਜਨਤਾ ਪਾਰਟੀ ਨੂੰ ਸ਼ਾਮਲ ਹੋਣਾ। ਨਮਸਕਾਰ ਜੀ, ਮੈਂ ਡੋਲੀ ਭਾਟੀਆ, ਜਨਰਲ ਸੈਕਟਰੀ ਮਹਿਲਾ ਮੋਰਚਾ ਅੰਮ੍ਰਿਤਸਰ ਡਿਸਟ੍ਰਿਕਟ। ਅੱਜ ਅਸੀਂ ਸੁਨੀਲ ਜਾਖੜ ਜੀ ਨੂੰ ਸਵਾਗਤ ਕੀਤਾ, ਇੱਥੇ ਸੁਨੀਲ ਜਾਖੜ ਜੀ ਆਏ ਆ, ਉਹਨਾਂ ਨੇ ਸਾਡਾ ਮਾਰਗ ਦਰਸ਼ਨ ਕੀਤਾ। ਮੈਂ 7 ਨੰਬਰ ਵਾਰਡ ਤੋਂ ਹਾਂ ਅਤੇ ਅਸੀਂ ਸਾਡਾ ਸਿਵਲ ਲਾਈਨ ਏਰੀਆ ਹੈ, ਨੌਰਥ ਵਿੱਚੋਂ ਮੈਂ ਹਾਂ। ਅਤੇ ਅਸੀਂ ਮਹਿਲਾ ਮੋਰਚਾ ਸਾਰੀ ਇਸ ਕੋਸ਼ਿਸ਼ 'ਚ ਹੈ ਕਿ ਸਾਰੇ ਜਣੇ ਇਸ ਵਾਰੀ ਸਾਰੇ ਦੇ ਸਾਰੇ ਅਸੀਂ ਚੁਣਾਵ ਜਿੱਤੀਏ ਅਤੇ ਮੇਅਰ ਅਸੀਂ ਆਪਣੇ ਬੀਜੇਪੀ ਦਾ ਬਣਾਈਏ ਔਰ ਬਣਾਈਏ ਵੀ ਮਹਿਲਾ ਮੇਅਰ ਬਣਾਈਏ। ਤੋ ਮਹਿਲਾ ਮੇਅਰ ਬਣਾਉਣ ਲਈ ਅਸੀਂ ਸਾਰੀਆਂ ਮਹਿਲਾਵਾਂ ਇੱਕਜੁੱਟ ਹੋ ਕੇ ਬਹੁਤ ਕੰਮ ਕਰ ਰਹੀਆਂ ਵਾਂ। ਧੰਨਵਾਦ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੈਂ ਸਤਿੰਦਰਜੀਤ ਮਨਚੰਦਾ ਵਾਂ। ਮੈਂ ਨਿਊਲੀ ਜੁਆਇਨ ਕੀਤਾ ਹੈ ਬੀਜੇਪੀ ਨੂੰ, ਮੇਰਾ ਇੱਕੋ ਹੀ ਟਾਰਗੇਟ ਸੀ ਬੀਜੇਪੀ ਨੂੰ ਜੁਆਇਨ ਕਰਨ ਦਾ ਕਿ 48% ਫੀਮੇਲਸ ਨੇ, ਬਟ ਅੱਜ ਵੀ ਦੇਖਿਆ ਜਾਏ 48% ਦੀ ਗਿਣਤੀ ਨਹੀਂ ਸੀਗੀ ਔਰ ਫੀਮੇਲਸ ਨੂੰ ਉਹਨੇ ਰਾਈਟ ਵੀ ਨਹੀਂ ਦਿੱਤੇ ਜਾ ਰਹੇ। ਜਿਵੇਂ ਸਾਡੀ ਗਿਣਤੀ ਆ, ਸਾਨੂੰ ਉਹਨੇ ਰਾਈਟ ਮਿਲਣੇ ਚਾਹੀਦੇ ਆ, ਚਾਹੇ ਇਹਦੇ ਲਈ ਪੂਰੀ ਮਿਹਨਤ ਕਰਾਂਗੇ, ਘਰ ਘਰ ਜਾਵਾਂਗੀ ਔਰ ਹਰ ਇੱਕ ਮਹਿਲਾ ਨੂੰ ਜਾਗਰੂਕ ਕਰਾਵਾਂਗੀ ਕਿ ਤੇਰੇ ਕੀ ਕੀ ਰਾਈਟ ਨੇ, ਤੂੰ ਕਿੱਥੇ ਆਉਣਾ ਹੈ, ਆਦਮੀ ਦੇ ਬਰਾਬਰ ਤੇ ਅਸੀਂ ਆਦਮੀ ਦੇ ਬਰਾਬਰ ਦੇ ਹੱਕ ਜਿਹੜੇ ਆ ਉਹ ਅਸੀਂ ਜ਼ਰੂਰ ਮਹਿਲਾ ਲਵਾਂਗੇ। ਧੰਨਵਾਦ। ਬੱਲੇ ਬੱਲੇ ਸੰਧੂ ਸਾਹਿਬ, ਉਹ ਕਦੀ ਦਰਸ਼ਨ ਨਹੀਂ ਹੋਏ। ਉਹ ਕੀ ਗੱਲ ਸੰਧੂ ਸਾਹਿਬ, ਉਹ ਕਦੀ ਪੰਪ ਤੇ ਗੇੜਾ ਨਹੀਂ ਲੱਗਦਾ, ਜ਼ਮੀਨ ਠੇਕੇ ਦੇ ਦੇਤੀ ਲੱਗਦਾ। ਉਹ ਨਾ ਨਾ ਸਿੱਪੀ ਬਾਈ, ਮੈਂ ਤੇ ਸਗੋਂ 30 ਕਿੱਲੇ ਹੋਰ ਲੈ ਲਈ ਠੇਕੇ ਦੇ। ਅੱਛਾ, ਤੇ ਫਿਰ ਝੋਨੇ ਨੂੰ ਪਾਣੀ ਕਿਵੇਂ ਲੱਗਦਾ, ਕਿਉਂਕਿ ਡੀਜ਼ਲ ਲੈਂਦਾ ਤਾਂ ਆਉਂਦਾ ਨਹੀਂ, ਲੱਗਦਾ ਜਨਰੇਟਰ ਹੀ ਪਾਣੀ ਨਾਲ ਹੀ ਚਲਾਈ ਜਾਂਦਾ। ਉਹ ਬਾਈ, ਸਾਨੂੰ ਜਨਰੇਟਰਾਂ ਦੀ ਲੋੜ ਨਹੀਂ, ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਰਕੇ ਖੇਤਾਂ ਨੂੰ ਨਿਰਵਿਘਨ ਬਿਜਲੀ ਜਾ ਰਹੀ ਆ, ਤੇ ਅਸੀਂ ਤੇਰਾ ਡੀਜ਼ਲ ਕੀ ਕਰਨਾ ਹੁਣ। ਸਹੀ ਗੱਲ ਆ ਸੰਧੂ ਸਾਹਿਬ, ਆਪਣੀ ਤਾਂ ਬਾਈ ਬੱਲੇ ਬੱਲੇ ਆ। ਫਿਰ ਧੰਨਵਾਦ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ। ਖੇਤੀਬਾੜੀ ਦੇ ਸੈਕਟਰ ਵਿੱਚ ਜਿਹੜੀ ਬਿਜਲੀ ਹੈ ਝੋਨੇ ਵਾਸਤੇ ਖਾਸ ਤੌਰ 'ਤੇ, ਜਿਹੜੀ ਪਹਿਲਾਂ 8 ਘੰਟੇ ਵੀ ਟੁੱਟ ਟੁੱਟ ਕੇ ਆਉਂਦੀ ਸੀ, 2 ਘੰਟੇ ਆ ਗਈ, ਘੰਟਾ ਚਲੀ ਗਈ, ਫਿਰ 2 ਘੰਟੇ ਆ ਗਈ, 2 ਘੰਟੇ ਚਲੀ ਗਈ, ਉਹ ਵੀ ਹੁਣ 10-10 12-12 14-14 ਘੰਟੇ ਨਿਰਵਿਘਨ ਚੱਲ ਰਹੀ ਹੈ। ਅਸੀਂ ਬਿਜਲੀ ਬੋਰਡ ਨੂੰ ਘਾਟੇ ਦੇ ਵਿੱਚ ਵੀ ਜਾਣ ਨਹੀਂ ਦਿੱਤਾ, ਸੋ ਇਹ ਬਹੁਤ ਵੱਡੀ ਪ੍ਰਾਪਤੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਕਿ 1 ਸਾਲ ਨਿਰਵਿਘਨ ਪੂਰਾ ਹੋ ਗਿਆ।